ਸਮਝ ਉਹ ਤਦੋਂ ਅੰਮ੍ਰਿਤ ਛਕ ਕੇ ਜੋ 1699 ਵਿੱਚ ਸੀਸ ਮੰਗਿਆ, ਅਲਾਰਮ ਵੱਜਿਆ 2 ਵਜੇ, ਅਲਾਰਮ ਵੱਜਿਆ 3 ਵਜੇ ਜਾਂ 4 ਜਦੋਂ ਕੋਈ ਉੱਠਦਾ ਹੈ, ਅੰਮ੍ਰਿਤ ਵੇਲੇ ਅਲਾਰਮ ਵੱਜਿਆ ਤਾਂ ਇਹ ਸਮਝ ਗੁਰੂ ਗੋਬਿੰਦ ਸਿੰਘ ਸੀਸ ਦੇਣ ਨੂੰ ਤਿਆਰ, ਕਹਿੰਦੇ ਮਹਾਰਾਜ 10 ਮਿੰਟ ਦੇ ਦਿਆ ਸੀਸ ਦੇਣ ਨੂੰ ਤਿਆਰ, ਬਹੁਤ ਦੋ ਘੰਟਾ ਦੇ ਦੇ ਮੈਂ ਫਿਰ ਸੋਚੂਗਾ ਬਾਹਰ, ਤੀਜੀ ਵਾਰੀ ਤਾਂ ਫਿਰ ਅਲਾਰਮ ਹੀ ਬੰਦ ਹੋ ਜਾਂਦਾ, ਅਲਾਰਮ ਵੱਜਦਾ ਹੀ ਨਹੀਂ ਦੁਬਾਰਾ, 8 ਘੰਟਾ ਲੱਗ ਗਈ ਹੋ ਰਿਹਾ, ਇਸ ਤਰ੍ਹਾਂ ਹੋ ਜਾਂਦਾ। ਬੋਲੋ ਵਾਹਿਗੁਰੂ, ਬੋਲੋ ਵਾਹਿਗੁਰੂ। ਸੀਸ ਅਰਦਾਸ ਕਰੀ ਮਹਾਰਾਜ ਇੱਕੋ ਵਾਰੀ ਸੀਸ ਦੇ ਦੇ ਤੈਨੂੰ, ਇੱਕੋ ਵਾਰੀ ਭੇਟਾਂ ਚ ਰੱਖ। ਬੋਲੋ ਵਾਹਿਗੁਰੂ। ਹੁਣ ਗੁਰੂ ਨਾਨਕ ਪਾਤਸ਼ਾਹ ਨੂੰ ਗੋਲਕੀਪ ਚ ਰੱਖਣਾ ਕੀ ਮਤਲਬ ਆ, ਕਰੀਓ ਵਿਚਾਰ। ਅੰਮ੍ਰਿਤ ਵੇਲੇ ਉੱਠਿਆ ਤਾਂ ਗੁਰੂ ਨਾਨਕ ਪਾਤਸ਼ਾਹ ਨੂੰ ਸਾਹਮਣੇ ਰੱਖਣਾ ਕੀ ਆ, ਨਿਤਨੇਮ ਕੀਤਾ ਗੁਰੂ ਨਾਨਕ ਪਾਤਸ਼ਾਹ ਸਾਹਮਣੇ, ਠੀਕ ਹੈ। ਫਿਰ ਲੰਗਰ ਛਕਣ ਲੱਗਿਆ ਆਪਣਾ ਨਾਸ਼ਤਾ ਛਕਣ ਵੇਲੇ ਕੀ ਕਰਨਾ, ਪਹਿਲਾਂ ਅਰਦਾਸ ਕੀਤੀ ਗੁਰੂ ਨਾਨਕ ਪਾਤਸ਼ਾਹ ਸਾਹਮਣੇ, ਗੋਲਕੀਪਰ ਸਾਹਮਣੇ ਹੋ ਗਏ, ਗੱਡੀ ਸਟਾਰਟ ਕਰਨ ਲੱਗੇ ਆ ਜਾਂ ਘਰੋਂ ਬਾਹਰ ਜਾਣ ਲੱਗੇ ਆ। ਮੈਂ ਗੁਰਸਿੱਖਾਂ ਤੋਂ ਸਿੱਖਿਆ ਗੱਲਾਂ, ਪਹਿਲਾਂ ਮੈਂ ਨਹੀਂ ਕਰਦਾ ਸੀ, ਮੈਂ ਗੁਰਸਿੱਖ ਉਹ ਮੈਨੂੰ ਬੜੇ ਪਿਆਰੇ ਲੱਗੇ, ਭੰਜੀ ਮਨਦੀਪ ਕੌਰ ਦੇ ਬੱਚੀ, ਉਹ ਬੱਚੀ ਕਰਦੀ ਆ, ਗੱਡੀ 'ਚ ਬਹਿਣ ਲੱਗੇ ਆ ਤਾਂ ਬੱਚੀ ਨੇ ਕਹਿਣਾ, ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕੈ ਸੰਗ, ਵਾਹਿਗੁਰੂ ਜੀ ਕਾ ਖਾਲਸਾ। ਮੈਨੂੰ ਬਹੁਤ ਪਿਆਰਾ ਲੱਗਿਆ, ਮੈਂ ਗੁਰੂ ਨੂੰ ਚੇਤੇ ਕਰ ਗੱਡੀ ਚਲਾਉਣੀ, ਬਹੁਤ ਵਧੀਆ ਲੱਗਾ, ਮੈਨੂੰ ਕੀਰਤਨ ਲਾ ਦਿੱਤਾ, ਗੁਰੂ ਹਮੇਸ਼ਾ ਸਾਹਮਣੇ, ਪੂਰੇ ਦਿਨ ਦੇ ਵਿੱਚ ਇਸ ਤਰ੍ਹਾਂ ਘਰ ਆ ਕੇ ਰਹਿ ਰਸ, ਕੰਮ 'ਤੇ ਵੀ ਗੁਰੂ ਨੂੰ ਚੇਤੇ ਰੱਖਣਾ, ਫਿਰ ਘਰ ਆ ਕੇ ਰਹਿ ਰਸਾਂ ਦਾ ਪਾਠ, ਫਿਰ ਗੁਰੂ ਘਰ ਆ ਗਏ ਜਾਂ ਕਥਾ ਕੀਰਤਨ ਟੀਵੀ 'ਤੇ ਸੁਣ ਲਿਆ, ਫਿਰ ਗੁਰੂ ਗੁਰੂ ਜਪ ਕੇ ਪ੍ਰਸ਼ਾਦਾ ਤਿਆਰ ਕੀਤਾ, ਫਿਰ ਸੌਣ ਲੱਗੇ 16 ਸਾਹਿਬ ਪਾਠ ਗੁਰੂ ਗੁਰੂ ਜਪ ਕੇ ਸੌ ਗਏ, ਤਾਂ ਗੁਰੂ ਸਾਹਮਣੇ ਹੈ। ਜਿਸ ਦਾ ਸਾਹਿਬ ਡਾਡਾ ਹੋਏ ਉਸਨੂੰ ਮਾਰ ਨਾ ਸਕੇ ਕੋਈ, ਜਿਹੜਾ ਮੇਰਾ ਸਾਹਿਬ ਇੰਨਾ ਤਾਕਤ, ਗੁਰੂ ਨਾਨਕ ਤਾਂ ਸਾਹਮਣੇ ਕੌਣ ਹੈ ਜਿਹੜੇ ਮੇਰੇ ਗੁਰੂ ਨਾਨਕ ਕੁਛ ਕਹਿ ਸਕਦਾ। ਪਰ ਗੱਲ ਇਹ ਆ, ਟਾਈਮ ਹੋ ਗਿਆ, ਉਹ ਕੋਈ ਗੱਲ ਅੰਮ੍ਰਿਤ ਵੇਲੇ ਨਹੀਂ, ਕਿਤੇ ਗੋਲੀ ਚੱਲ ਲੱਗੀ ਆ, ਚਲੋ ਪੜ੍ਹੇ, ਚਲੋ ਉੱਦਾਂ ਕੰਨ ਲਾ ਲੈਂਦੇ ਆ, ਇਹ ਮੁਸਲਮਾਨ ਕਰਦਾ ਆ ਭਾਈ, ਆ ਠੀਕ ਆ, ਮੈਂ ਤਾਂ ਦੇਖਿਆ ਅੰਡੇ 'ਚ ਗਿਆ, ਮੈਂ ਕਿਹਾ ਅੰਮ੍ਰਿਤ ਨਿਤਨੇਮ, ਉਹ ਕਹਿੰਦੇ ਮਨਵੀਰ ਸਿੰਘ ਨਿਤਨੇਮ ਸੁਣਾ ਦਿਓ, ਮੈਂ ਆਪਣੇ ਪੂਰੇ ਜ਼ੋਰ ਨਾਲ ਮੈਂ ਨਿਤਨੇਮ ਸੁਣਾ ਦਿੱਤਾ ਉੱਚੀ ਆਵਾਜ਼ ਵਿੱਚ, ਇੱਕ ਓਂਕਾਰ ਸਤਨਾਮ ਵਿੱਚ ਮੈਂ ਉੱਥੇ ਪਾਠ ਸੁਣਾ, ਉਹ ਵਿੱਚ ਉਹ ਛੋਟੂ ਆ ਟਾਇਰ ਕਿੰਨੇ ਦੇ ਆ, ਉਹ ਮੈਂ ਕਿਹਾ ਮੈਂ ਜ਼ੋਰ ਨਾਲ ਤੁਹਾਨੂੰ ਨਿਤਨੇਮ ਸੁਣਾ ਰਿਹਾ, ਤੁਹਾਡਾ ਮਨ ਟਾਇਰਾਂ ਦੇ ਵਿੱਚ ਆ, ਉਹ ਫਿਰ ਉੱਥੇ ਉਹਨਾਂ ਨੇ ਫਿਰ ਵਿੱਚ ਨਿਤਨੇਮ ਫੋਨ ਕਰਾ ਦਿੱਤਾ, ਆ ਸਾਨੂੰ ਨਹੀਂ ਘੰਟਾ ਲੱਗ ਜਾਣਾ ਪਹੁੰਚਣ ਨੂੰ, ਮੈਂ ਕਿਹਾ ਯਾਰ ਮੈਂ ਤਾਂ ਨਿਤਨੇਮ ਸੁਣਾ ਰਿਹਾ ਉਹਨਾਂ ਨੂੰ, ਫਿਰ ਸੋਚਣਾ ਸੱਚੀ ਨਿਤਨੇਮ ਸੁਣਿਆ, ਸੋਚਣਾ ਪੈਣਾ ਹੈ। ਬੋਲੋ ਵਾਹਿਗੁਰੂ। ਫਿਰ ਗੱਡੀ 'ਚ ਬੈਠੇ ਖਾਣ ਲੱਗੇ, ਛੇਤੀ ਸੇ ਟਾਈਮ ਹੋਇਆ, ਗੁਰੂ ਨਹੀਂ ਚੇਤੇ ਆ, ਕੋਈ ਤਿਆਰ ਖਾ ਲਿਆ ਖਾ ਲਿਆ, ਫਿਰ ਗੱਡੀ 'ਚ ਬੈਠੇ ਰੇਡੀਓ 'ਤੇ ਮਾੜੇ ਮੋਟੇ ਗਾਣੇ ਗੁਣੇ ਸੁਣ ਲਏ, ਫਿਰ ਅਸੀਂ ਕਿਹਾ ਚਲੋ ਰਿਲੈਕਸ ਹੋ ਜਾਂਦਾ ਮਾੜ, ਕੰਮ 'ਤੇ ਗਏ ਉੱਥੇ ਉੱਦਾਂ ਦੇ ਪੁੱਠੀਆਂ ਸਿੱਧੀਆਂ ਗੱਲਾਂ ਕਰ ਲਿਆ, ਕੰਮ 'ਤੇ ਘਰੋਂ ਆ ਕੇ ਚਲੋ ਉੱਦਾਂ ਦੇ, ਫਿਰ ਗੁਰੂ ਨਹੀਂ, ਬੇਸ਼ੱਕ ਅੰਮ੍ਰਿਤ ਵੀ ਛਕਿਆ ਪਰ ਗੁਰੂ ਨਹੀਂ ਸਾਹਮਣੇ। ਇਹਦਾ ਮਤਲਬ ਹੈ ਸਾਨੂੰ ਆਪਣੇ ਨਿਤ ਰੂਟੀਨ ਦੇ ਵਿੱਚ, ਡੇਲੀ ਰੂਟੀਨ ਵਿੱਚ, ਸਾਡੇ ਨਿਤ ਜੀਵਨ ਵਿੱਚ ਗੁਰ ਅੰਮ੍ਰਿਤ ਛਕ ਲਿਆ, ਫਿਰ ਵੀ ਗੁਰੂ ਨਾਲ ਰੱਖਣਾ ਪੈਣਾ ਆ, ਇੱਕ ਇੱਕ ਕਾਰਨ ਵਿੱਚ ਇੰਨੀ ਕੁ ਬੇਨਤੀਆਂ, ਮੈਂ ਇੱਕ ਹੋਰ ਸਾਖੀ ਸੁਣਾਕੇ ਬੇਨਤੀ ਕਰਨਾ ਚਾਹੁੰਦੇ। ਬੋਲੋ ਵਾਹਿਗੁਰੂ, ਵਾਹਿਗੁਰੂ। ਇੱਕ ਮੈਂ ਸਾਖੀ ਸੁਣਾ ਕੇ, ਅਨੰਦਪੁਰ ਸਾਹਿਬ ਦੀ ਸਾਖੀ, ਮਾਤਾ ਗੁਜਰ ਕੌਰ ਜੀ ਨੇ ਬੇਨਤੀ ਕੀਤੀ, ਕੱਲ੍ਹ ਕੀ ਤਰਪਾਸ਼ 2 ਮਿੰਟ ਲੈਣ ਤੁਹਾਡੇ, ਮਾਤਾ ਗੁਜਰ ਕੌਰ ਨੇ ਬੇਨਤੀ ਕੀਤੀ, ਇਹ ਸੂਰਜ ਪ੍ਰਕਾਸ਼ ਵੀ ਹੁੰਦਾ, ਮਾਤਾ ਗੁਜਰ ਕੌਰ ਨੇ ਬੇਨਤੀ ਕੀਤੀ ਵੀ ਕੱਲ੍ਹ ਕੀ ਤਰਪਾਸ਼ਾ ਨੂੰ ਅਤੇ ਮੈਨੂੰ ਕਿਸੇ ਸੰਤ ਪੁਰਸ਼ ਦੇ ਦਰਸ਼ਨ ਕਰਾਓ, ਕੋਈ ਬ੍ਰਹਮ ਗਿਆਨੀ ਦੇ ਦਰਸ਼ਨ ਕਰਾਓ। ਕੱਲ੍ਹ ਕੀ ਤਰਪਾਸ਼ ਨੇ ਚੇਤੇ ਕੀਤਾ ਤਾਂ ਬਾਬਾ ਰਾਮ ਕੌਰ ਜੀ, ਕੋਇਲ ਕਿਤੇ ਕੋਇਲ ਵੀ ਲਿਖਿਆ ਆ, ਉਹ ਆ ਗਏ, ਕਿਤੇ ਕੋਇਲ ਵੀ ਕਿਤੇ ਕੌਰ ਲਿਖਿਆ ਆ, ਉਹ ਆਏ ਤਾਂ ਸਾਹਮਣੇ ਪੇਸ਼ ਹੋ ਗਏ, ਤਾਂ ਮਾਤਾ ਗੁਜਰ ਕੌਰ ਬਹੁਤ ਖੁਸ਼ ਹੋਏ ਉਹਦੇ ਦਰਸ਼ਨ ਕਰਕੇ। ਫਿਰ ਕੀ ਹੋਇਆ, ਉਹ ਸੀ ਜਿਹੜੇ ਉਹਨਾਂ ਦੇ ਸ਼ਾਇਦ ਭਾਈ ਭਗਤੂ ਜੀ ਦੇ ਵੰਸ਼ ਵਿੱਚੋਂ ਸੀ, ਤਾਂ ਕਾਫ਼ੀ ਮਤਲਬ ਗੁਰੂ ਅਮਰਦਾਸ ਜੀ ਪਾਸ ਸਮੇਂ ਤੋਂ ਪਰਿਵਾਰ ਗੁਰੂ ਘਰ ਨਾਲ ਜੁੜੇ ਹੋਏ ਸੀ। ਕੱਲ੍ਹ ਕੀ ਤਰਪਾਸ ਨੇ ਉਹਨਾਂ ਪਰ ਪਿਆਰ ਨਾਲ ਬੇਨਤੀ ਬਾਬਾ ਜੀ ਨੂੰ ਕੀਤੀ, ਬਾਬਾ ਜੀ ਕਿ ਤੁਸੀਂ ਖੰਡੇ ਬਾਰਡਰ ਦੀ ਪੌੜ ਛਕੋ, ਉਹ ਕਹਿੰਦੇ ਵੀ ਅਸੀਂ ਤਾਂ ਪਹਿਲਾਂ ਹੀ ਗੁਰੂ ਵਾਲੇ ਹੈਗੇ ਆ, ਮਤਲਬ ਸਾਡਾ ਪਰਿਵਾਰ ਗੁਰੂ ਘਰ ਨਾਲ ਜੁੜਿਆ ਆ, ਹੈ ਨਾ, ਅਸੀਂ ਸਿਮਰਨ ਕਰਦੇ, ਨਾਮ ਜਪਦੇ ਆ, ਬਖਸ਼ਿਸ਼ ਆ। ਤਾਂ ਮਹਾਰਾਜ ਨੇ ਇੱਦਾਂ ਨਹੀਂ ਮਿੰਨਤਾਂ ਕਰਕੇ ਉਹਨੂੰ ਕਮਰ ਛਕਾ ਦਿੱਤਾ, ਅੱਜ ਮਾਂ ਪਿਓ ਅਸੀਂ ਸਟੇਜਾਂ ਦੇ ਖੜਦੇ, ਮਿੰਨਤਾਂ ਕਰਕੇ ਕਿਸ ਨੂੰ ਛਕਾਉਣਾ ਚਾਹੀਦਾ, ਹਾਂ ਭੁੱਖ ਲੱਗੀ ਤਾਂ ਛਕੋ, ਨਹੀਂ ਭੁੱਖ ਲੱਗੀ ਕੋਈ ਗੱਲ ਨਹੀਂ, ਅਰਦਾਸ ਕਰੋ ਭੁੱਖ ਲੱਗ ਜਾਵੇ, ਜ਼ਬਰਦਸਤ ਨਹੀਂ ਕਿਉਂਕਿ ਮੂੰਹ 'ਚ ਰੋਟੀਆਂ ਪਾਈ ਜਾਓ ਤਾਂ ਮੁੜ ਕੇ ਭੁੱਖ ਹੀ ਨਹੀਂ ਲੱਗਦੀ, ਇਸ ਤਰ੍ਹਾਂ। ਬੋਲੋ ਵਾਹਿਗੁਰੂ। ਅੰਮ੍ਰਿਤ ਦੀ ਕੋਈ ਕਦਰ ਹੁੰਦੀ ਹੈ, ਇਹ ਕੋਈ ਸਸਤਾ ਸੌਦਾ ਤਾਂ ਨਹੀਂ ਹੋਏ। ਫਿਰ ਕੀ ਹੋਇਆ, ਮਹਾਰਾਜ ਕੋਈ ਪਰ ਐਸਾ ਮਹਾਰਾਜ ਆਪਣੇ ਕੌਤਕ ਨਾਲ ਸਮਝਾ ਦਿੰਦੇ ਸੀ
ਬਾਬਾ ਆਰਾਮ ਕਰ ਕਹਿੰਦੇ ਵੀ ਖੰਡੇ ਪਾਟ ਜੀ ਬਹੁਤ ਸ਼ੁਕਰ ਦਾ ਕੀ ਫਾਇਦਾ ਮੈਂ ਤਾਂ ਮੈਂ ਪਹਿਲਾਂ ਹੀ ਗੁਰੂ ਵਾਲਾ ਆਇਆ ਸਰ ਇਸਰੇ ਕੁਛ ਇੱਦਾਂ ਕੁਛ ਉਸ ਹਿਸਾਬ ਨਾਲ ਗੱਲਾਂ ਬਾਤਾਂ ਚੱਲ ਰਹੀ ਬਾਬਾ ਕੋਇਰ ਜੀ ਜਾਂ ਕੌਰ ਜੀ ਬਾਹਰ ਜਾ ਰਹੇ ਆ ਆਨੰਦਪੁਰ ਸਾਹਿਬ ਦੇ ਗਲੀਆਂ ਵਿੱਚ ਉਹਨਾਂ ਕੋਈ ਚੀਜ਼ ਵੇਖੀ ਕੀ ਵੇਖਿਆ ਕੁੱਤੇ ਵੇਖੇ ਜਿਹੜੇ ਕੁੱਤੇ ਸੀ ਉਹਨਾਂ ਦੇਖਿਆ ਅੱਜ ਕੱਲ੍ਹ ਤਾਂ ਮੇਨਕਾ ਗਾਂਧੀ ਨੇ ਗਾਂਧੀ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹਨੇ ਮਨਾ ਕਰਦੇ ਕੁੱਤੇ ਮਾਰ ਨਹੀਂ ਸਕਦੇ ਇੱਦਾਂ ਉਹਨੇ ਅਵਾਰੇ ਕੁੱਤੇ ਨਹੀਂ ਮਾਰ ਸਕਦੇ ਪਰ ਉਸ ਸਮੇਂ ਉਹ ਜਿਹੜੇ ਅਵਾਰੇ ਕੁੱਤੇ ਹੁੰਦੇ ਸੀ ਜਿਹਨਾਂ ਨੂੰ ਕੋਈ ਮਾਲਕ ਨੂੰ ਮਾਰ ਦਿੰਦੇ ਸੀ ਉਹ ਦੇਖੇ ਕੋਈ ਕੁੱਤੇ ਉਹ ਛੱਡੀ ਜਾਂਦੇ ਆ ਕਿਸੇ ਕੁੱਤੇ ਨੂੰ ਮਾਰੀ ਜਾਂਦੇ ਆ ਬਾਬਾ ਰਾਮ ਜੀ ਨੇ ਪੁੱਛਿਆ ਫਿਰ ਤੁਸੀਂ ਉਹ ਕੁੱਤਾ ਛੱਡੀ ਜਾਂਦੇ ਆ ਕਿਸੇ ਨੂੰ ਮਾਰੀ ਜਾਂਦੇ ਤੁਹਾਨੂੰ ਕਿਹਦਾ ਪਤਾ ਤੁਸੀਂ ਉਹ ਜ਼ਹਿਰ ਖਿਲਾ ਕੇ ਮਾਰੀ ਜਾਂਦੇ ਆ ਤਾਂ ਤੁਸੀਂ ਕਿਹੜੇ ਕੁੱਤੇ ਛੱਡੇ ਕਿਹੜੇ ਕੁੱਤੇ ਛੱਡਦੇ ਸੀ ਜਿਹਨਾਂ ਦੇ ਕੁੱਤਿਆਂ ਦੇ ਗਲਤ ਪੱਟੇ ਪਾਏ ਕਹਿੰਦੇ ਜਿਹਨੇ ਪੱਟੇ ਪਾਏ ਆਪਾਂ ਤਾਂ ਮਾਲਕ ਇਹਨਾਂ ਦਾ ਹੈਗਾ ਆ ਅਸੀਂ ਮਾਰਦੇ ਨਹੀਂ ਅਸੀਂ ਤਾਂ ਮਾਰਿਆ ਤਾਂ ਸਾਡੀ ਕੁੱਟ ਪੈਣੀ ਆ ਜਿਹਨੇ ਗਲ 'ਚ ਕੁਛ ਪਾਇਆ ਹੀ ਨਹੀਂ ਇਹ ਅਵਾੜੇ ਕੁੱਤੇ ਉਹਨੇ ਜਿਹਨੇ ਮਾਰਦੇ ਮਾਰ ਦਿੰਦੇ ਆ ਬਾਬਾ ਰਾਮ ਕੋਇਰ ਜੀ ਵਾਪਸ ਆਏ ਤਾਂ ਕਲਗੀ ਤਰਫਾ ਝਰਨਾ 'ਚ ਡਿੱਗ ਪਏ ਕਹਿੰਦਾ ਕਲਗੀ ਤਰਪਾਸ਼ਾ ਕਿਰਪਾ ਕਰ ਅੰਮ੍ਰਿਤ ਦੀ ਦਾਤ ਬਖਸ਼ ਦੇ ਕਹਿੰਦੇ ਕੀ ਗੱਲ ਕਹਿੰਦਾ ਸਾਹਿਬ ਜਾ ਕੇ ਮੈਨੂੰ ਉਹ ਪੰਜ ਕਕਾਰ ਬਖਸ਼ ਅੱਜ ਕੱਲ੍ਹ ਇੱਦਾਂ ਦੇ ਬਾਬੇ ਹੈ ਕਿ ਜਿਹਨੇ ਪੰਜ ਕਕਾਰ ਪਾਏ ਨਹੀਂ ਤਾਂ ਉਹਨਾਂ ਦੇ ਬਰਸੀਆਂ ਮਨਾਏ ਵੱਡੇ ਵੱਡੇ ਕੀਰਤਨੀ ਜਾਂਦੇ ਆ ਤਾਂ ਉਹਨਾਂ ਦੇ ਉਹ ਸੰਤ ਬਾਬਾ ਬ੍ਰਹਮ ਗਿਆਨੀ ਦਾ ਮਨਾਇਆ ਜਾਂਦਾ ਦਾੜੀ ਕੱਟੀ ਆ ਤਾਂ ਕਿਰਪਾਨ ਨੇ ਕਛਹਿਰਾ ਵੀ ਨਹੀਂ ਪਾਇਆ ਤਾਂ ਉਹਨਾਂ ਨੂੰ ਬ੍ਰਹਮ ਗਿਆਨੀ ਬਣਾਇਆ ਜਾਂਦਾ ਜੇ ਗੁਰੂ ਗੋਬਿੰਦ ਸਿੰਘ ਤੋਂ ਉੱਚਾ ਕੋਈ ਬ੍ਰਹਮ ਗਿਆਨੀ ਜੇ ਮੇਰੇ ਕੱਲ੍ਹ ਗਿਆ ਵਾਰੇ ਨੇ ਕਛਹਿਰਾ ਪਾਇਆ ਸੀ ਤਾਂ ਹੋਰ ਕਿਸੇ ਨੂੰ ਕਛਹਿਰਾ ਪਾਉਣਾ ਹੀ ਪੈਣਾ ਜੇ ਗੁਰੂ ਗੋਬਿੰਦ ਸਿੰਘ ਨੇ ਖੰਡੇ ਪਾਟਦੇ ਬਹੁਤ ਉਹਨਾਂ ਨੂੰ ਛਕਣਾ ਪੈਣਾ ਇਹ ਨਹੀਂ ਤੇ ਸਾਡੇ ਬਾਬੇ ਨੂੰ ਕਿਰਪਾਨ ਪਾਉਣ ਦੀ ਲੋੜ ਹੀ ਨਹੀਂ ਦਾੜੀ ਕੱਟੀ ਵੀ ਆ ਉਹਨੇ ਮੈਂ ਹਰਾਲ ਉੱਤੇ ਵੱਡੇ ਪੋਸਟਰ ਲੱਗੇ ਸਿੱਖ ਚਰਨ ਤਵੀ ਦਿਖਾਏ ਗਏ ਬੋਲੋ ਵਾਹਿਗੁਰੂ ਮਾ ਭਾਈ ਬਾਬਾ ਰਾਮ ਜੀ ਕਹਿੰਦੇ ਮੈਨੂੰ ਵੀ ਪੰਜ ਕਕਾਰ ਬਖਸ਼ ਦਿਓ ਮੈਨੂੰ ਵੀ ਕਿਰਪਾ ਕਿਰਪਾਨ ਪਾ ਦਿਓ ਮੈਨੂੰ ਕਕਾਰ ਪਾ ਦਿਓ ਕਹਿੰਦੇ ਕੀ ਗੱਲ ਕਹਿੰਦੇ ਮੈਨੂੰ ਸਮਝ ਆ ਗਈ ਆ ਅਸੀਂ ਉਹ ਕੁੱਤੇ ਆ ਤਾਂ ਸਾਨੂੰ ਪੱਟੇ ਸਾਡਾ ਪੱਟਾ ਕੀ ਆ ਪੰਜ ਕਕਾਰ ਤਾਂ ਜਿਹਨਾਂ ਨੇ ਪੰਜ ਕਕਾਰ ਧਾਰਨ ਕਰਦੇ ਗੁਰੂ ਨੂੰ ਜਿੰਨੀ ਸਮਰਪਿਤ ਆ ਵੀ ਹੁਣ ਕੋਈ ਪੁੱਛੂਗਾ ਤੂੰ ਕੌਣ ਆ ਤੇ ਕਹਿੰਦੇ ਮੇਰਾ ਮਾਲਕ ਹੈ ਮਾਲਕ ਕੌਣ ਮੇਰਾ ਜੇ ਸਿਰ ਤੇ ਹੱਥ ਕਿਸੇ ਨੇ ਰੱਖਿਆ ਕੌਣ ਗੁਰੂ ਗੋਬਿੰਦ ਸਿੰਘ ਜੀ ਤਾਂ ਜਮਾ ਦੀ ਮਾਰ ਨਹੀਂ ਦਿੱਤੀ ਬੋਲੋ ਵਾਹਿਗੁਰੂ ਅਰਦਾਸ ਕਰੀ ਮਹਾਰਾਜ ਸਾਨੂੰ ਵੀ ਅੰਮ੍ਰਿਤ ਦੀ ਭੁੱਖ ਪਿਆਸ ਬਖਸ਼ੋ ਵਿਸਾਖੀ ਵਾਲੇ ਆ ਮੇਰਾ ਪਹਿਲਾ ਜਿਹੜਾ ਵੀਕਐਂਡ ਆ ਜੀ ਅਨਾਊਂਸਮੈਂਟ ਕਰੋਗੇ ਕਿਹੜੀ ਤਰੀਕ ਨਾਲ ਸੰਚਾਰ ਹੋਣਾ ਮਈ ਦੇ ਵਿੱਚ ਪਹਿਲੇ ਹਫ਼ਤੇ ਵਿੱਚ ਅੰਮ੍ਰਿਤ ਸੰਚਾਰ ਹੋਣਾ ਵਿਭਾਦਲ ਹੋਣਾ ਹੋਣਾ ਅੱਛਾ ਕਿਸਨੇ ਸਵਾਲ ਪੁੱਛਿਆ ਤੇ ਸਮਾਪਤੀ ਆ ਗਈ ਫਿਰ ਸਵਾਲ ਕਿਸਨੇ ਪੁੱਛਿਆ ਜੇ ਕਿਸਨੇ ਕਿਰਾਇਤ ਕਰ ਦਿੱਤੀ ਆ ਪਰ ਉਹ ਮੁੜ ਕੇ ਵਾਪਸ ਜੁੜਨਾ ਚਾਹੀਦਾ ਕੀ ਕਰੇ ਕੋਈ ਗੱਲ ਨਹੀਂ ਜਿਸ ਪਾਪੀ ਕੋ ਮਿਲੇ ਨਾ ਢੋਈ ਸ਼ਰਨ ਆਵੇ ਸ਼ਰਤ ਇਹ ਸ਼ਰਨ ਆਵੇ ਚਲੋ ਸ਼ਰਨ 'ਚ ਦੁਬਾਰਾ ਆ ਕੇ ਦੁਬਾਰਾ ਪੰਜ ਪਿਆਰੇ ਸਾਹਮਣੇ ਪੇਸ਼ ਦੱਸੋ ਕਿ ਮੇਰੇ ਤੋਂ ਕਿਰਾਇਤ ਹੋ ਚੁੱਕੀ ਪੰਜ ਪਿਆਰੇ ਤਨਖਾਹ ਦਿੰਦੇ ਇੰਨਾ ਮੇਰਾ ਗੁਰੂ ਦਿਆਲੂ ਸਜ਼ਾ ਨਹੀਂ ਦਿੰਦਾ ਮੇਰੇ ਗੁਰੂ ਤਨਖਾਹ ਤਨਖਾਹ ਵਾਧਾ ਪੁੱਤਰ ਤੋਂ ਜੋੜੇ ਜੋੜਿਆਂ ਦੀ ਸੇਵਾ ਕਰਨੀ ਭਾਂਡੇ ਮਾਂਜਣੇ ਇੱਦਾਂ ਕੋਈ ਸੇਵਾ ਦਿੰਦੀ ਕਿੰਨਾ ਮੇਰਾ ਕਸਰ ਮੇਰਾ ਗੁਰੂ ਬਹੁਤ ਦਿਆਲੂ ਆ ਇੱਦਾਂ ਨਹੀਂ ਡਿੱਗੇ ਉਹਨਾਂ ਨੇ ਲੱਤ ਨਹੀਂ ਮਾਰੀ ਡਿੱਗੇ ਉਹਨਾਂ ਨੂੰ ਬਾਹਾਂ ਫੜ ਕੇ ਉੱਪਰ ਕੀਤਾ ਪੰਜ ਪਿਆਰੇ ਪੇਸ਼ ਦੁਬਾਰਾ ਅੰਮ੍ਰਿਤ ਛਕਣਾ ਪੈਣਾ ਪਰ ਕਿਰਾਇਤ ਹੋ ਗਈ ਤਾਂ ਅੰਮ੍ਰਿਤ ਦੀ ਕਲਾ ਖਤਮ ਹੋ ਜਾਂਦੀ ਹੈ ਦੁਬਾਰਾ ਅੰਮ੍ਰਿਤ ਛਕਣਾ ਪੈਂਦਾ ਅਤੇ ਇਹ ਕੋਈ ਗੱਲ ਨਹੀਂ ਜੇ ਕੋਈ ਨਹੀਂ ਕਿਰਾਇਤ ਕਰਦਾ ਵੀ ਆ ਉਹਨੂੰ ਲਤਾਲ ਨਾਲੋਂ ਦੂਰ ਕਰਨ ਨਾਲੋਂ ਉਹਨੂੰ ਪਿਆਰ ਕਰੀਏ ਵੀ ਤੂੰ ਵਾਪਸ ਗੁਰੂ ਦੀ ਸ਼ਰਨ 'ਚ ਆ ਮੇਰਾ ਗੁਰੂ ਦਿਆਲੂ ਆ ਕਿਰਪਾਲੂ ਮਾਈ ਭਾਗੋਰ ਬਣਨਾ ਪੈਣਾ ਸਾਨੂੰ ਅਤੇ ਦਾਓ ਵਾਪਸ ਗੁਰੂ ਦੀ ਸ਼ਰਨ ਦੇ ਵਿੱਚ ਕੋਈ ਗੱਲ ਨਹੀਂ ਗੁਰੂ ਜੇ ਅਸੀਂ ਪਾਪੇ ਤਾਂ ਗੁਰੂ ਬਖਸ਼ਣ ਹਾਲ ਵੀ ਹੈਗਾ ਆ ਗੁਰੂ ਬਹੁਤ ਦਿਆਲੂ ਆ ਸੋ ਮਾਰ ਕਿਰਪਾ ਕਰਨ ਹਾਂਜੀ ਜੇ ਕੋਈ ਬੰਦਾ ਪਹਿਲਾਂ ਰਾਧਾ ਸਮੇਂ ਡੇਰੇ 'ਤੇ ਵਡਭਾਗ ਸਮੂਹ ਦੇ ਜਾਂ ਕਿਤੇ ਹੋਰ ਵੀ ਜਿਹੜੇ ਅਹੋਤੀ ਬਾਬੇ ਆ ਉਹਨਾਂ ਡੇਰਿਆਂ 'ਤੇ ਜਾਂਦਾ ਰਿਹਾ ਬਾਅਦ 'ਚ ਗੁਰੂ ਦੀ ਸ਼ਰਨ ਜਾ ਕੇ ਅੰਮ੍ਰਿਤਧਾਰੀ ਹੋ ਜਾਂਦਾ ਉਹਨੂੰ ਉਹੀ ਨਾਂ ਲੈ ਕੇ ਬੁਲਾਇਆ ਜਾਵੇਗਾ ਕਿ ਗੁਰੂ ਦਾ ਸਿੱਖ ਕੇ ਬੁਲਾਇਆ ਜਾਵੇਗਾ ਵੀਰ ਜੀ ਪੁੱਛਦੇ ਆ ਜੇ ਕੋਈ ਬੰਦਾ ਵਡਭਾਗ ਸਿੰਘ ਨੂੰ ਮੰਨਦਾ ਹੋਵੇ ਵਡਭਾਗ ਸਿੰਘ ਧੀਰ ਮਰੀਆਂ ਵਿੱਚੋਂ ਉਹ ਭੂਤ ਕੱਢਦੇ ਸੀ ਪਹਿਲਾਂ ਵਡਭਾਗ ਸਿੰਘ ਉਹ ਸਿੰਘ ਅੰਮ੍ਰਿਤ ਛੱਕ ਲਿਆ ਸੀ ਮਿਸਲਾਂ ਦੇ ਵੇਲੇ ਉਹਨੇ ਅੰਮ੍ਰਿਤ ਛੱਕ ਲਿਆ ਸੀ ਸਿੰਘਾਂ ਦੇ ਕਹੇ 'ਤੇ ਪਰ ਇਹ ਸ਼ਰਤ ਦਿੱਤੀ ਸੀ ਕਿ ਹੁਣ ਤੋਂ ਭੂਤ ਪ੍ਰੇਤ ਕੱਢਣ ਦਾ ਇਹ ਕੰਮ ਛੱਡ ਦੇਣਾ ਪਰ ਉਹਨੇ ਤੇ ਖਾਲਸ ਦੇ ਉਲਟ ਗਿਆ ਤਾਂ ਉਹ ਫਿਰ ਵੀ ਕੱਢਣ ਲੱਗ ਪਈ ਤਾਂ ਉਹਨੇ ਇਸ ਕਰਕੇ ਖਾਲਸ ਨੇ ਬੋਇਕਟ ਹੈ ਧੀਰ ਮਰੀਆਂ ਜਿਹੜਾ ਕੋਈ ਧੀਰ ਮਲੀਆਂ ਨਾਲ ਸਾਂਝ ਰੱਖਦਾ ਆ ਵਡਭਾਗ ਸਿੰਘ ਵਾਲਿਆਂ ਦੇ ਬੰਦੇ ਮਸੰਦੇ ਆ ਮਹੰਤ ਜੇ ਹੋਰ ਕੋਈ ਡੇਰ ਅਸੀਂ ਉਹਨਾਂ ਤੋਂ ਰੋਟੀ ਬੇਟੀ ਦੀ ਸਾਂਝ ਨਾ ਅਸੀਂ ਆਪਣੇ ਬੱਚੇ ਉਹਨਾਂ ਦੇ ਘਰ ਵਿੱਚ ਵਿਆਹ ਸਕਦੇ ਨਾ ਅਸੀਂ ਉਹਨਾਂ ਦੇ ਹੱਥੋਂ ਪ੍ਰਸ਼ਾਦਾ ਛਕਣਾ ਬੇੜਾ ਇਹਦੇ ਘਰ ਗਰਕ ਹੋਇਆ ਆ ਅਸੀਂ ਸਾਰਿਆਂ ਤੋਂ ਘਰ ਦੇ ਸਾਨੂੰ ਰੋਟੀਆਂ ਉਹਨਾਂ ਦੇ ਸਵਾਦ ਲੱਗਦੀਆਂ ਉਹਨੇ ਛੋਲੇ ਭਟੂਰੇ ਸਵਾਦ ਲੱਗਦੇ ਉਹਨਾਂ ਦੇ ਗੁਲਾਬ ਜਾਮਣ ਬੜੇ ਸਵਾਦ ਲੱਗਦੇ ਡੇਰੇ 'ਚ ਅਸੀਂ ਕੋਈ ਸਾਡਾ ਕੋਈ ਰਹਿ ਨਹੀਂ ਮਿਲ ਗੋਪਾ ਜੀ ਬਣ ਗਏ ਸਿੱਖੀ ਪਰ ਜੇ ਕੋਈ ਦੁਬਾਰਾ ਸ਼ਹਿਰ 'ਚ ਆ ਗਿਆ ਫਿਰ ਉਹ ਗੁਰੂ ਦਾ ਹੀ ਬਣ ਗਿਆ ਉਹਨਾਂ ਪਿਛਲਾ ਸਤਿਗੁਰ ਕੇ ਜਨਮ ਗਵਨ ਮਟਾਇਆ ਜੋ ਪਿਛਲਾ ਉਹ ਮਿਟ ਗਿਆ
ਤਾਂ ਸੱਚੀ ਗੁਰੂ ਮਿਟਾ ਦਿੰਦੇ ਆ। ਸੱਜਣ ਠੱਗ ਨਹੀਂ, ਸੱਜਣ ਠੱਗ ਨਹੀਂ ਉਹਨੂੰ ਕਹਿਣਾ ਚਾਹੀਦਾ ਸਾਨੂੰ, ਸੱਜਣ ਉਹਨੂੰ ਸੰਤ ਆ। ਸੱਜ ਫਿਰ ਘੋਡਾ ਰਾਕਸ਼ ਨਹੀਂ, ਉਹ ਬਸ਼ੱਕ ਚਾਹੀ ਆ। ਘੋਡਾ ਤਾਂ ਰਾਕਸ਼ ਤਾਂ ਮੇਰੇ ਵਰਗੇ ਹੋ ਸਕਦੇ ਆ, ਰਾਕਸ਼ ਅਸੀਂ ਬੈਠੇ ਹੋ ਸਕਦੇ ਆ, ਘੋਡਾ ਤਾਂ ਤਰ ਗਿਆ। ਇਸ ਕਰਕੇ ਜਿਹੜਾ ਪਾਸਟ ਪਿੱਛੇ ਰਹਿ ਗਿਆ ਤੇ ਰਹਿ ਗਿਆ, ਪਿੱਛਲੇ ਔਗਣ ਬਖਸ਼ ਦੇ ਪ੍ਰਭ ਅੱਗੇ ਮਾਰਗ ਪਾ। ਗੁਰੂ ਬਿਆਨ ਗੁਰੂ ਦਿਆਲੂ ਆ। ਕਿਉਂਕਿ ਉਸੇ ਜੇ ਇਹ ਕਿ ਮੈਂ ਭਾਈ ਵੀਰ ਸਿੰਘ ਲਿਖਦੇ ਸੀ, ਕਹਿੰਦੇ ਸਮੁੰਦਰ ਵੱਡਾ ਜੇ ਬੇੜੀ, ਦੱਸੋ ਗੁਰ ਆਪਣੇ ਸਾਡੇ ਪਾਪ ਵੱਡੇ ਆ ਤੇ ਗੁਰੂ ਨਾਨਕ ਨਦਰ ਇੰਨੀ ਗਜਰਾਤ। ਮੈਂ ਜਿੰਨੇ ਮਰਜ਼ੀ ਪਾਪ ਕੀਤੇ ਹੋਣ, ਮੈਂ ਗੁਰੂ ਨਾਨਕ ਦੀ ਨਦਰ ਮੇਰੇ ਪਾਪਾ ਤੋਂ ਵੱਡੀ ਆ, ਤੇ ਮਾਰੇ ਕਿਰਪਾ ਕਰ, ਠੀਕ ਆ, ਹੁਣੇ ਭੁੱਲਾਂ ਚੁੱਕਾਂ ਮਾਫ਼ ਕਰਨੀ ਆ, ਕਿਰਪਾ ਕਰਨ ਅਸੀਂ ਗੁਰੂ ਜੀ। ਪੰਜ ਪਿਆਰੇ ਕੋਈ ਬੇਨਤੀ ਕਰਨੀ ਸੀ, ਪੰਜ ਪਿਆਰੇ ਉਹੀ ਪੰਜ ਪਿਆਰੇ 1699 ਵਾਲੇ ਇੱਕ ਬੇਨਤੀ ਮੈਂ ਬੇਨਤੀ ਕਰਨਾ ਸੀ, ਮੇਰੇ ਮਨ 'ਚ ਆਇਆ, ਮੈਂ ਕਿਹਾ ਕੋਈ ਮਿਸ ਹੋ ਗਿਆ। ਭਾਈ ਦਿਆ ਸਿੰਘ ਜੀ, ਭਾਈ ਧਰਮ ਸਿੰਘ, ਭਾਈ 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 ਇਹ ਪੰਜ ਪਿਆਰੇ ਆ ਜਿਹੜੇ ਅੱਜ ਦੇ ਜੋ ਸੇਵਾ ਕਰਦੇ ਆ, ਉਹ ਉਹਨਾਂ ਵਿੱਚੋਂ ਪੰਜ ਪਿਆਰੇ ਵਰਤਦੇ ਆ। ਭਾਈ ਦਿਆ ਸਿੰਘ ਵਰਤਦੇ ਆ, ਉਹ ਸੀ ਨਹੀਂ ਮੈਂ ਫਲਾਣੇ ਬੰਦੇ ਤੋਂ ਅੰਮ੍ਰਿਤ ਛਕਿਆ, ਫਲਾਣੇ ਜਥੇਬੰਦੀ ਤੋਂ ਅੰਮ੍ਰਿਤ ਛਕਿਆ, ਇਸ ਤਰ੍ਹਾਂ ਜੇ ਪੰਜ ਪਿਆਰੇ, ਪੰਜ ਪਿਆਰੇ ਤੂੰ ਹੀ ਅੰਮ੍ਰਿਤ ਛਕੋ, ਕਿ ਪੰਜ ਪਿਆਰੇ ਉਹਨਾਂ ਵਿੱਚੋਂ ਵਰਤਦੇ ਆ, ਹੈ ਨਾ। ਇੱਕੋ ਹੀ ਪੰਜ ਪਿਆਰੇ ਜਿਹਨੇ ਸੀਸ ਦਿੱਤਾ ਸੀ, ਬਾਕੀ ਅਸੀਂ ਉਹ ਡਿਊਟੀ ਉਹਨਾਂ ਦੇ ਥਾਂ 'ਤੇ ਨਿਭਾ ਰਹੇ ਹਾਂ। ਅਰਦਾਸ ਕਰਦੇ ਮਹਾਰਾਜ, ਅਸੀਂ ਤੁਹਾਡੀ ਭਾਈ ਦਿਆ ਸਿੰਘ ਤੁਹਾਡੀ ਥਾਂ 'ਤੇ ਡਿਊਟੀ ਨਿਭਾਉਣ ਲੱਗੇ ਹਾਂ, ਤੁਸੀਂ ਮਹਾਰਾਜ ਕਿਰਪਾ ਕਰੋ, ਫਿਰ ਕੱਲ੍ਹ ਕੀਤਾ ਪਾਸ਼ਾ ਬਖਸ਼ਿਸ਼ ਕਰਦੇ। ਅਤੇ ਜਿਹਨਾਂ ਨੇ ਅੰਮ੍ਰਿਤ ਛਕਣਾ, ਇਹ ਮਨ ਸੋਚਣਾ ਭਾਈ ਦਿਆ ਸਿੰਘ ਨੂੰ ਚੂਲਾ ਅੰਮ੍ਰਿਤ ਦੇ ਰਿਹਾ, ਭਾਈ ਧਰਮ ਸਿੰਘ ਨੂੰ ਚੂਲਾ ਅੰਮ੍ਰਿਤ ਦੇ ਰਿਹਾ, ਭਾਈ ਹਿੰਮਤ ਸਿੰਘ ਦੇ ਰਿਹਾ, ਇਸ ਤਰ੍ਹਾਂ ਮਨ 'ਚ ਸੋਚਣਾ, ਗੁਰੂ ਸਾਹਿਬ ਬਖਸ਼ਿਸ਼ ਕਰਨ, ਠੀਕ ਹੈ। ਜਿਸ ਟਾਈਮ ਸਾਡੀ ਕੌਮ ਮੁਖਤਾਰੀ ਬਣ ਗਈ ਆ, ਤਾਂ ਆਪਣੇ ਆਪ ਸਾਡੇ ਜਿਹੜੇ ਸਾਰੇ ਸਮਾਜਿਕ ਰੋਗ ਆਪਣੇ ਆਪ ਦੂਰ ਹੋ ਜਾਵੇਗੇ। ਪਰਮੇਸ਼ੁਰ ਤੇ ਭੁੱਲਿਆ ਵਿਆਪਨ ਸਭੇ ਰੋਗ, ਮਹਾਰਾਜ ਕਿਰਪਾ ਕਰ, ਅਸੀਂ ਜ਼ਹਿਰ ਦੇ ਵਪਾਰ ਛੱਡ ਦੇਈਏ, ਜ਼ਹਿਰ ਵਾਲੀ ਜ਼ਿੰਦਗੀ ਛੱਡ, ਅੰਮ੍ਰਿਤ ਦੇ ਵਪਾਰੀ ਬਣ ਜਾਏ, ਅੰਮ੍ਰਿਤ ਦਾ ਵਪਾਰੀ ਹੋਵੇ, ਕਿਆ ਸ਼ੀਸ਼ੇ ਪਾਵਤਰੇ ਭੁੱਲਾ ਚੁੱਕਾ ਮਾਫ਼ ਕਰਨਿਆ। ਵਿਚਾਰ ਕਰਦੇ ਹਾਂ, ਬੜੇ ਪਿਆਰ ਨਾਲ ਕੋਸ਼ਿਸ਼ ਕੀਤੀ ਆ, ਵਿਚਾਰ ਕਰਦੇ ਹਾਂ, ਜੇ ਕਿਸੇ ਨੂੰ ਇੱਦਾਂ ਨਾ ਸੋਵੇ ਕਿ ਮੈਂ ਕਿਸੇ ਨੂੰ ਥੱਲੇ ਸਮਝ ਕੇ ਕੋਈ ਵਿਚਾਰ ਕੀਤਾ, ਤੁਸੀਂ ਸਾਰੇ ਸਾਡੇ ਭੈਣ ਭਰਾ ਆ। ਅੰਮ੍ਰਿਤ ਵੀ ਜਿਹੜੇ ਨਹੀਂ ਛਕਿਆ ਸਾਡੇ ਭੈਣ, ਤੁਹਾਡੇ ਵਿੱਚ ਕੋਈ ਸਿਗਰਟ ਵੀ ਪੀਂਦਾ ਹੋਵੇ ਤੁਸੀਂ ਸਾਡੇ ਹੀ ਆ, ਤੁਹਾਡੇ ਕੋਈ ਸ਼ਰਾਬ ਵੀ ਪੀਂਦਾ ਹੋਵੇ ਤੁਸੀਂ ਸਾਡੇ ਹੀ ਆ, ਤੁਹਾਡੇ ਵਿੱਚੋਂ ਸਿੰਘ ਪੈਦਾ ਹੋਣੇ, ਬਾਕੀ ਵੀ ਇਹ ਕਿੱਥੋਂ ਸ਼ੁਰੂ ਹੋਏ ਆ, ਤੁਹਾਡੇ ਵਿੱਚੋਂ ਭੈਣਾਂ ਵਿੱਚ ਤੁਹਾਡੇ ਸਿੰਘ ਦੀਆਂ ਪੈਦਾ ਹੋਣੇ, ਅਸੀਂ ਤੁਹਾਨੂੰ ਦੂਰ ਨਹੀਂ ਕਰਨ, ਤੁਸੀਂ ਸਾਡੇ ਹੀ ਆ। ਮਹਾਰਾਜ ਕਿਰਪਾ ਕਰਨ, ਤੁਹਾਡੇ ਵੱਡੇ 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 ਗੁਰੂ ਕੇ ਸਿੱਖ ਪੈਦਾ ਹੋਣ, ਤਾਂ ਹੋਰ ਕੌਮ ਦਾ ਨਾਂ ਉੱਚਾ ਕਰਨ। ਮਹਾਰਾਜ ਕਿਰਪਾ ਕਰਾਓ, ਰਾਮ ਕਰੀ ਮਹੱਲਾ ਤੀਜਾ, ਆਨੰਦ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਧੀਆ ਵਾਲਾ, ਰਾਗ ਰਤਨ ਪਰਵਾਰ ਕਰੀਆਂ ਸ਼ਬਦ ਗਾਵਣਿਆਂ, ਸ਼ਬਦ ਤੋਂ ਤਕਾਬੋ ਹਰੀ ਕੇਰਾ, ਸਤਿਗੁਰੂ ਮੈਂ ਪਾਇਆ, ਮਨ ਮੇਰਿਆ ਤੂੰ ਸਦਾ ਰਹੋ ਹਰਨਾ, ਹਰਨਾ ਰਹੋ ਤੂੰ ਮਨ ਮੇਰੇ, ਰੂਪ ਸਭ ਵਿਸਾਰ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰ, ਸਭ ਨਾਗ ਨਾ ਸਮਰਥ ਸਵਾਮੀ, ਸੋ ਕਿਉਂ ਮਨੋ ਵਿਸਾਰ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾ, ਸਾਚੇ ਸਾਹਿਬਾ ਕਿਆ ਨਹੀਂ ਕਰਦੇ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਸਾਰ, ਨਾਮ ਜਿਨ ਕੈ ਮਨ ਵਸਿਆ, ਤੇ ਸ਼ਬਦ ਕਹੇ, ਕਹਿ ਨਾਨਕ ਸੱਜੇ ਸਾਹਿਬ ਕਿਆ ਨਹੀਂ ਕਰ, ਤੇਰਾ ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਪਰ ਸ਼ਾਂਤ ਸੁਖ ਮਨ ਆਏ ਵਸਿਆ, ਸਦਾ ਕੁਰਬਾਨ ਕੀਤਾ ਗੁਰ ਵੇਖੋ, ਜਿਸ ਦੀਆਂ ਇਹ ਵੜਿਆਈ, ਕਹਿ ਨਾਨਕ ਸੁਣੋ ਸੰਤੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਜਕਾਰ, ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ, ਭਲਾ ਜਿਤ ਕਰਤਾਰੀਆ, ਪੰਜ ਦੂਤ ਦਵਾਸ ਕੀਤੇ, ਔਰ ਕਰਮ ਪਾਇਆ ਤੁਜਿਨ ਕੋ, ਸਗਲ ਮਨੋਰ ਪਾਰ ਬ੍ਰਹਮ ਪ੍ਰਪਾਇਆ, ਸਗਲ ਦੁਖ ਰੋਗ ਸੰਤਾਪ ਉਤਰੇ।
Yeah.